ਉਠਿਆ ਤੇ ਬੜਾ ਬੋਰ ਸਾਂ ਅੱਛਾ ਪੂਰੇ ਪਿੰਡ ਦੇ ਵਿੱਚ ਦਰਦ ਹੋ ਰਹੀ ਇੱਕ ਪੇਨ ਕਿਲਰ ਛਕਿਆ ਮੈਂ ਫਿਰ ਮੈਂ ਸੋਚਿਆ ਕਿੱਥੇ ਜਾਵਾਂ ਯਾਦ ਆ ਗਿਆ ਮੇਰੇ ਸ਼ੇਰ ਆਜ਼ਮ ਮੇਰੇ ਵਜ਼ੀਰ ਆਜ਼ਮ ਓ ਮੇਰੇ ਪੀਐਮ ਸ਼ਬਾਸ਼ ਸ਼ਰੀਫ ਸਾਹਿਬ ਸ਼ਹਿਜ਼ਾਦੇ ਮਾਈ ਬੈਸਟ ਫਰੈਂਡ ਅੱਛਾ ਕੰਡਿਆ ਡਾਲਾ ਪੀ ਪਹੁੰਚਿਆ ਲੌਂਗ ਦੇ ਵਿੱਚ ਟਹਿਲ ਰਹੇ ਸਨ ਤੇ ਫੋਨ ਦੇ ਉੱਤੇ ਗੱਲਾਂ ਕਰ ਰਹੇ ਸਨ ਅੱਛਾ कहते ने बेटे कोई बात नहीं फिर क्या हुआ मुझे खुद नहीं पता चला ये सब कुछ सडनली हो गया है लेकिन डोंट यू वरी अबाउट मैं अगली मर्तबा तुझे बलोचिस्तान का सीएम लगवा दूंगा हाँ नहीं मुझे पता है 6-7 नए पेंट कोट आपने सिलवाए हैं मैं जाया नहीं होने दूंगा ड्राई क्लीन कराओ उन पर शापर चढ़ाओ हैंगरों में लगाओ और टांग दो अगली मर्तबा काम आएंगे फिर मेरे पे नजर पै गई अच्छा ये फोन पे बात कर रहे जी सर जी सर उन कहते ने कॉल यू लेटर तू किवें आया है मैं क्या सर जो कुछ होया मैनू खुद बड़ा अफसोस है लेकिन तुसी टेंशन नहीं लेनी ये मैं क्या वैसे होए कि सर कहंदे ने बस दिल गलती कर बैठा है ओ मैं क्या सर मैं नहीं इस गल नु मंदा देखो ना तुहाड़ी गलती तो है ही नहीं ਉਹ ਤੇ ਮਜਬੂਰੀ ਸੀ ਕਿ ਮੁਨਹਰਾ ਫਰਕਾਨ ਨੂੰ ਟਿਕਟਾਂ ਦੇਣੀਆਂ ਹੀ ਦੇਣੀਆਂ ਸਨ ਔਰ ਅੱਗੋਂ ਜਿਹੜਾ ਨਿਜ਼ਾਮ ਸੀ ਉਹ ਖਰਾਬ ਸੀ ਨਾਲੇ ਉਹਨਾਂ ਦਾ ਜਿਹੜਾ ਬਿਆਨੀਆਂ ਸੀ ਉਹ ਲੋਕ ਐਕਸੈਪਟ ਕਰ ਰਹੇ ਸਨ ਇਲੈਕਸ਼ਨ ਤੇ ਕਰਾਉਣਾ ਹੀ ਨਹੀਂ ਸੀ ਚਾਹੀਦਾ ਮੈਨੂੰ ਕਹਿੰਦਾ ਮੈਂ ਬਹੁਤ ਸਿਆਣਾ ਨਾ ਬਣ ਇਹਦਾ ਤੂੰ ਚਲਾਕ ਨਾ ਬਣ ਮੈਂ ਕਿਹਾ ਸਰ ਇਹ ਗੱਲ ਕਰਨ ਤੁਸੀਂ ਨਾਰਾਜ਼ ਤਾਂ ਨਹੀਂ ਹੋਵੋਗੇ ਕਹਿੰਦੇ ਨੇ ਨਹੀਂ ਮੈਂ ਕਿਹਾ ਸਰ ਨੋਮ ਚੌਂਸਕੀ ਸਾਹਿਬ ਦੀ ਮੈਂ ਕਿਤਾਬ ਪੜ੍ਹੀ ਮੈਨੂੰ ਕਹਿੰਦੇ ਨੇ ਹੈ ਮੈਂ ਕਿਹਾ ਸਰ ਨੋਮ ਚੌਂਸਕੀ ਸਾਹਿਬ ਦੀ ਕਹਿੰਦੇ ਨੇ ਤੈਨੂੰ ਨਾਂ ਕਿਹਨੇ ਦੱਸਿਆ ਮੈਂ ਕਿਹਾ ਜੀ ਸਰ ਉਹ ਮੈਂ ਕਿਧਰੇ ਇੱਕ ਵਾਰੀ ਪੜ੍ਹੀ ਸੀ ਕੀ ਕਹਿੰਦੇ ਪੜ੍ਹਿਆ ਸੀ ਮੈਂ ਕਿਹਾ ਸਰ ਉਹਦੇ ਚ ਲਿਖਿਆ ਸੀ ਬਈ ਗਰੀਬ ਮੁਲਕ ਨਾਮ ਕੀ ਕੋਈ ਚੀਜ਼ ਨਹੀਂ ਹੁੰਦੀ ਜਬ ਨਿਜ਼ਾਮ ਆਪਣੇ ਮੁਲਕ ਕੀ ਵਸਾਇਲ ਕੋ ਸਹੀ ਇਸਤੇਮਾਲ ਕਰਨੇ ਮੇ ਨਾਕਾਮ ਹੋ ਜਾਏ ਤੋ ਮੁਲਕ ਗਰੀਬ ਹੋ ਜਾਤੇ ਹੈ ਮੈਨੂੰ ਕਹਿੰਦੇ ਨੇ ਕਿਤੋਂ ਪੜ੍ਹੇ ਹੀ ਹੋਏ ਗਲਤੇ ਬੜੀ ਵੱਡੀ ਹੈ ਤੇ ਫਲਾਸਰਾਂ ਵਾਲੀ ਗੱਲ ਏ ਓ ਮੈਂ ਕਿਹਾ ਸਰ ਮੈਂ ਕਿਹੜ ਗਿਆ ਸਾ ਆਪਣਾ ਇਮਰਾਨ ਖਾਨ ਸਾਹਿਬ ਕੋਲ ਜੀ ਉੱਥੇ ਛੱਤ ਦੇ ਉੱਤੇ ਬੈਠੇ ਪੜ੍ਹ ਰਹੇ ਸਨ ਤੇ ਮੈਂ ਪਿੱਛੇ ਆਈ ਸ਼ੋਲਡਰ ਦੇ ਪਿੱਛੋਂ ਹੋ ਕੇ ਤੇ ਹਲਕਾ ਜਿਹਾ ਪੜ੍ਹਿਆ ਸੀ ਅੱਛਾ ਲੇਕਿਨ ਉਸ ਟਾਈਮ ਮੈਨੂੰ ਸਮਝ ਨਹੀਂ ਆਈ ਤੇ ਮੈਂ ਉਹਨਾਂ ਨੂੰ ਕਿਹਾ ਸਰ ਕਿਤਾਬ ਮੈਨੂੰ ਉਧਾਰ ਦੇ ਦਿਓ ਤੇ ਉਹਨਾਂ ਨੇ ਦੇ ਦਿੱਤੀ ਸੀ ਮੈਨੂੰ ਕਹਿੰਦੇ ਨੇ ਐਡਾ ਚਲਾਕ ਨਾ ਬਣ ਇਮਰਾਨ ਖਾਨ ਤੇ ਕਿਸੇ ਨੂੰ ਉਧਾਰ ਦਿੰਦਾ ਹੀ ਨਹੀਂ ਮੈਂ ਕਿਹਾ ਸਰ ਮਾਫ ਕਰ ਦੇਣਾ ਮੈਂ ਇਹਨਾਂ ਦਾ ਤਸੀਹ ਕਰਦੇ ਹਾਂ ਉਹ ਉਧਾਰ ਦਿੰਦੇ ਨੇ ਕਿਸੇ ਦਾ ਉਧਾਰ ਰੱਖਦੇ ਨਹੀਂ ਮੈਨੂੰ ਕਹਿੰਦਾ ਜਾਂਦੇ ਹਾਂ ਤੇਰਾ ਬੂਆ ਕੜੇ ਕਰਕੇ ਬੰਦ ਕਰਕੇ ਜਾਏ ਫਿਰ ਫੋਨ ਕਰ ਲਿਆ ਨੇ ਕਹਿੰਦੇ ਨੇ ਡੋਂਟ ਯੂ ਵਰੀ ਮੇਰੇ ਬੱਚੇ ਮੈਂ ਹਫ਼ਤੇ ਕੋ ਆਉਂਗਾ ਫਿਰ ਆਈਸਕ੍ਰੀਮ ਖਾਣੇ ਚਲੇਂਗੇ ਹਾਂ ਕੋਈ ਬਾਤ ਨਹੀਂ यार तुम मेरे वाला प्रोटोकॉल इस्तेमाल कर लिया करो फिर मैंने देखे ना मैंने कहने बुआ बंद करना कि मोबाइल तेरे मुंह पे मारा अब मैं इतनी खिदमत की थी यार 2-6 महीने उन्होंने दी लेकिन उन्होंने मैंने यार खा ही नहीं पाई उस दिन मूड सही नहीं होगा हाँ बस आजकल मेरे ख्याल उन्होंने मूड खराब है लेकिन मेरी दिली तमन्ना है कि ओ यार प्राइम मिनिस्टर हो रहने चाहिए क्योंकि मैंने उन्होंने भर्ती कराया सी ओ माशाल्लाह लो ਏਡਾ ਮੈਂ ਪਰੇਸ਼ਾਨ ਸਲਾਮੁਅਲੈਕੁਮ ਜੀ ਜੀ ਲੱਭ ਗਏ ਨੇ ਤੁਹਾਡੇ ਬੱਚੇ ਇਹ ਉਹ ਬੱਚੇ ਨਹੀਂ ਹੈ ਇਹ ਉਹ ਨਹੀਂ ਬੱਚੇ ਅੱਛਾ ਜੀ ਇਹ ਹੋਰ ਨੇ ਯੈਸ ਹਾਏ ਬੱਚੇ ਮੈਂ ਕਿਧਰੇ ਵੇਖੇ ਹੋਏ ਨੇ ਆ ਇਸ਼ਤਿਹਾਰ ਚੱਲ ਰਿਹਾ ਨਾ ਟੀਵੀ ਦੇ ਉੱਤੇ ਇਹ ਉਹ ਨਹੀਂ ਹੈ ਹਾਂ ਮੈਂ ਉਹ ਦਿਲ ਗਲਤੀ ਕਰ ਬੈਠਾ ਹੈ ਜੀ ਨਹੀਂ 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 ਆਪਣਾ ਤੇਰੀ ਚਾਹ ਮੈਂ ਟੀਵੀ ਡਰਾਮੇ ਦੇ ਵਿੱਚ ਬੱਚਾ ਕੰਮ ਕਰਦਾ ਜੀ ਜੀ ਮਾਂ ਚਲ ਮੈਂ ਵੇਖਿਆ ਬੜੇ ਛੋਟੇ ਜਿਹੇ ਬੱਚੇ ਨੇ ਦੁਆਵਾਂ ਤੇਰੇ ਹੱਕ ਚ ਕਰੀਦੀਆਂ ਪਤਾ ਨਹੀਂ ਤੂੰ ਕਿਉਂ ਨਹੀਂ ਮੋਤਲ ਹੁੰਨਾ ਪੁੱਤਰ ਕਈ ਵਾਰੀ ਮੈਂ ਆਇਆ ਉਹਨਾਂ ਦੀ ਮਜਬੂਰੀ ਹੈ ਕਿ ਮੈਨੂੰ ਰੱਖਣਾ ਕਿਉਂਕਿ ਐਸਐਚਓ ਵਾਸਤੇ ਰੋਟੀ ਮੈਂ ਲੈ ਕੇ ਆਣੀ ਹੁੰਦੀ ਬਸ ਮਜਬੂਰੀ ਸੀ ਤੇ ਆਪਣੇ ਬੱਚੇ ਖੈਰ ਨਾਲ ਆਏ ਨੇ ਜੀ ਮਹਿਮਾਨ ਆਏ ਹੋਏ ਹਨ ਬਸ ਤੁਸੀਂ ਰੋਟੀ ਤੋਂ ਬਗੈਰ ਨਹੀਂ ਜਾਣਾ ਅੱਜ ਵੀ ਤੁਸੀਂ ਖਵਾਣੀ ਬੱਚੇ ਕਹਿੰਦੇ ਮਾਸ਼ਾਅੱਲਾ ਮੈਂ ਇਸ ਬੱਚੇ ਦਾ ਕੰਮ ਵੇਖਿਆ ਟੀਵੀ ਦੇ ਉੱਤੇ ਆਉਣ ਵਾਲੇ ਵਕਤ ਦਾ ਟੌਪ ਹੀਰੋ ਵਾਲਾ ਕੌਣ ਹੋਏਗਾ ਕੌਣ ਹੋਏਗਾ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਮੈਨੂੰ ਪੁੱਛ ਲਓ ਅਫਕੋਰਸ ਅਗਰ ਮੈਂ ਟੀਵੀ ਜੁਆਇਨ ਕਰ ਲਿਆ ਤੇ ਮੈਂ ਹੀ ਹੋਵਾਂਗਾ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਮੇਰਾ ਪ੍ਰੋਗਰਾਮ ਹੈਗਾ ਕਿ ਮੈਂ ਫਿਲਮਾਂ ਦੇ ਵਿੱਚ ਕੰਮ ਕਰਾਂ ਲੇਕਿਨ ਉਹ ਟੈਕਨੀਸ਼ੀਅਨ ਮਾਸ਼ਾਅੱਲਾ ਯਾਰ ਬੱਚੇ ਦਾ ਫਿਕਰ ਹੀ ਬੜਾ ਫੋਟੋ ਜਾਨਕ ਹੈਗਾ ਇਹ ਪਿਆਰਾ ਹੈ ਮੇਰੀ ਬੱਚੀ ਕਿੱਥੇ ਹੁੰਦੀ ਬਲਾ ਓ ਮਹਾਰਾਜ ਆਫਰੀ ਸਾਹਿਬ ਯੈਸ ਓ ਮਾਡਲ ਨੇ ਐਸੇ ਲਈ ਟੌਪ 1 ਮਾਡਲ ਹੈਗੇ ਨੇ ਅੱਛਾ
माशाल्लाह मेरे बच्चे, मेरी आपके साथ बड़ी दुआएं हैं। अजकल यही बच्चे ने जेडे मुल्क नु लेके चल रहे ने। एक ए बच्चा देख लो, मुंह ना मत्था ते जिन पाड़ू लत्था। इजाजत है सर, आओ मेरे बच्चे, बच्चे नु जरा खाना खवाना। मैं करा दूंगा, मैं इन्होंने चौमिन खवानी, चौमिन करा दूंगा। तुम खाओगे जी ते आप के तो खाओगे।